ਕਿਹੜਾ ਪਿੰਡ ਆ ਤੇ ਕੀ ਗੱਲਬਾਤ ਹੋਈ ਹੈ? ਮੈਂ ਬਡੁੱਖੀ ਰਹਿਣਾ ਜੀ, ਪਿੰਡ ਦਾ ਮੇਰਾ ਬਨਮੋਰ ਆ ਜੀ, ਬਡੁੱਖੀ ਮਹਾਰਾਜਾ ਰਣਜੀਤ ਸਿੰਘ ਨਗਰ 'ਚ ਰਹਿਣਾ, ਰਿਟਾਇਰ ਹੋ ਕੇ ਮੈਂ ਪੰਜਾਬ ਪੁਲਿਸ ਤੋਂ ਇੱਥੇ ਰਹਿਣਾ ਜੀ। ਮੈਂ ਪਾਠ ਕਰਦੇ ਆ, ਦਾੜੀ ਰੱਖੀ ਹੋਈ ਹੈ ਜੀ। ਇਹ ਦੋ ਭਰਾ ਨੇ ਮੇਰੇ ਸਾਹਮਣੇ, ਇਹਨਾਂ ਦੇ ਘਰਾਟ ਨੇ, ਇਹਨਾਂ ਦਾ ਆਸਮੇ ਰੌਲਾ ਸੀ। ਅਸੀਂ ਕਈ ਜਣੇ ਵਿੱਚ ਪੈ ਗਏ, ਉਹਨੂੰ ਦੂਜੇ ਨੂੰ ਬਿਜਲੀ ਬੋਰਡ 'ਚ ਲੱਗਿਆ ਹੋਇਆ ਮੁੰਡਾ ਜਗਰਾਜ ਸਿੰਘ, ਉਹਨੂੰ ਕਿਹਾ ਵੀ ਤੁਸੀਂ ਧੱਕਾ ਨਾ ਕਰੋ, ਤੂੰ ਮੁਲਾਜ਼ਮ ਹੈ, ਇਹ ਚਲੋ ਘਰਾਟ ਦੇ ਕੰਮ ਕਰਦਾ ਬੰਦਾ, ਰੁਜ਼ਗਾਰ ਲੱਗਿਆ ਹੋਇਆ, ਇਹਦੇ ਨਾਲ ਧੱਕਾ ਕਿਉਂ ਕਰਦੇ ਹੋ? ਉਹ ਸਾਨੂੰ ਕਹਿੰਦਾ ਤੁਸੀਂ ਵਿੱਚ ਕਿਉਂ ਆਏ ਸਾਡੇ ਰਿਸ਼ਤੇਦਾਰ ਆਉਣ ਨਾ ਆਉਣ, ਮੈਨੂੰ ਇਹਨਾਂ ਨੇ ਬੁਲਾ ਲਿਆ ਸੀ ਵੀ ਸਾਡਾ ਆਸਮੇ ਰਾਜ਼ੀਨਾਮਾ ਕਰਾ ਦਿਓ। ਉਹ ਮੈਂ ਇਹਨਾਂ ਦਾ ਕਿਹਾ ਵੀ ਚਲੋ ਕੋਈ ਗੱਲ ਨਹੀਂ, ਲੜਦੇ ਨਹੀਂ ਹੁੰਦੇ, ਮੈਂ ਸਾਰੀ ਉਮਰ ਮਹਿਕਮੇ 'ਚ ਕੱਟੀ ਹੈ। ਅਤੇ ਮੈਨੂੰ ਕਹਿੰਦਾ ਅੱਜ, ਕਹਿੰਦਾ ਉਹਨੇ ਦੇਖ ਕੇ ਕਹਿੰਦਾ ਤੂੰ ਵਿੱਚ ਕਿਉਂ ਆਇਆ ਮੇਰੇ ਰਿਸ਼ਤੇਦਾਰ ਆਉਣ ਨਾ ਆਉਣ, ਮੈਂ ਤਾਂ ਤੇਰੇ ਗੋਲੀ ਮਾਰੂੰਗਾ, ਪਛਤਾਓ ਲੈ ਕੇ ਆਉਣਾ। ਪਹਿਲਾਂ ਉੱਧਰੋਂ ਨਲਕਰੇ ਮਾਰਦਾ ਆਇਆ, ਆ ਕੇ ਮੈਂ ਤਾਂ ਬੈਠਾ ਸੀਗਾ, ਮੈਂ ਤਾਂ ਪਤਾ ਹੀ ਲੱਗਿਆ, ਕਦੋਂ ਮੇਰੇ ਦਾੜੀ ਨੂੰ ਦੋ ਹੱਥ ਪਾ ਲਏ ਜੀ। ਆਹ ਮੇਰੀ ਦਾੜੀ ਦੇਖੋ, ਤੁਹਾਨੂੰ ਮੈਂ ਦਿਖਾ ਰਿਹਾ, ਇਹ ਮੇਰੀ ਦਾੜੀ ਉਹਨੇ ਪੱਟਤੀ, ਵਿੱਚ ਲਮਕਦੀ ਸੀ, ਮੈਂ ਹੁਣ ਕੱਢ ਕੇ ਤੁਹਾਨੂੰ ਦਿਖਾਈ ਹੈ। ਇਹ ਇਹਨਾਂ ਨੇ ਮੈਨੂੰ, ਉਹਦੇ ਭਰਾ ਨੇ ਅਤੇ ਆ ਪ੍ਰਧਾਨ ਜੀ ਨੇ ਆਪਣੇ ਭਾਰਿੰਦਰ ਸਿੰਘ ਸੇਖੋਂ ਸਾਹਿਬ, ਇਹਨਾਂ ਨੇ ਭੱਜ ਕੇ ਇਹਨਾਂ ਨੇ ਦੇਖ ਲਿਆ ਵੀ ਉਹ ਆਉਂਦਾ, ਇਹ ਲੜਨ, ਇਹ ਸਾਨੂੰ ਗਾਲਾਂ ਕੱਢਦਾ ਹੁੰਦਾ, ਨਾਲੇ ਇਹਨਾਂ ਨੂੰ ਵੀ ਗਾਲਾਂ ਕੱਢਦਾ ਵੀ। ਇਹਨਾਂ ਨੇ ਆ ਕੇ ਮੈਨੂੰ ਸੜਾਇਆ ਜੀ, ਉਹ ਕਹਿੰਦਾ ਮੈਂ ਤਾਂ ਮਾਰ ਹੀ ਦੇਣਾ ਤੈਨੂੰ, ਕਹਿੰਦਾ ਤੂੰ ਵਿੱਚ ਕੌਣ ਵਾਲਾ, ਮੈਂ ਤਾਂ ਦੇਵਾਂ ਨਾ ਦੇਵਾਂ ਆਪਣੇ ਭਰਾ ਨੂੰ ਕੁਛ, ਤੁਸੀਂ ਕੌਣ ਹੁੰਦੇ ਹੋ ਕਹਿਣ ਵਾਲੇ? ਇਹ ਵਜ੍ਹਾ ਨਾਲ ਮੈਨੂੰ ਉਹਨਾਂ ਨੇ ਮਤਲਬ ਮਾਰਨ ਲਈ ਨੀਅਤ ਨਾਲ ਮੇਰੇ ਆਹ ਸੱਟ ਮਾਰੇ, ਮੂੰਹ 'ਤੇ ਮਾਰੀਆਂ ਇੱਟਾਂ, ਇਹਨਾਂ ਨੇ ਆ ਕੇ ਧੱਕਾ ਦਿੱਤਾ ਤਾਂ ਉਹ ਭੱਜਿਆ, ਫਿਰ ਅੜੇ ਜੀ। ਕੀ ਕਾਰਵਾਈ ਦੀ ਮੰਗ? ਹੁਣ ਮੈਂ ਕਰਦਾ, ਦੇਖੋ ਜੀ ਮੇਰੀ ਦਾੜੀ ਰੱਖੀ ਹੈ, ਪਾਠ ਕਰਦਾ ਮੈਂ ਇਹ ਸਾਰੇ ਇਹਨਾਂ ਨੂੰ ਪਤਾ, ਅਤੇ ਮੈਂ ਮਾਲਕ ਦੀ ਕਿਰਪਾ ਨਾਲ ਹਰੇਕ ਸਾਲ ਸਹਿਜ ਪਾਠ ਆਪਣੇ ਘਰ ਪ੍ਰਕਾਸ਼ ਪੱਖੇ ਮੈਂ ਕਰਦਾ, ਅਤੇ ਆਹ ਮੇਰੀ ਦਾੜੀ ਪੱਠੀ ਹੈ, ਦਾੜੀ ਦੀ ਕਾਰਵਾਈ ਹੋਣੀ ਚਾਹੀਦੀ ਹੈ, ਅਤੇ ਆਹ ਮੇਰੇ ਫ੍ਰੈਕਚਰ ਆ ਸਾਰਾ, ਉਹਨੇ ਕਿੰਨੇ ਟਾਂਕੇ ਲੱਗੇ ਨੇ ਹੱਡੀ ਤੋੜ 'ਤੇ, ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਮਹਿਕਮੇ ਦੀ ਪੂਰੀ। ਨਮਸਕਾਰ, ਮੈਂ ਮਲਕੀਤ ਸਿੰਘ ਵਿਸ਼ਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਅੰਮ੍ਰਿਤਪੁਰ ਜੀ। ਮਲਕੀਤ ਜੀ, ਕੀ ਗੱਲਬਾਤ ਹੋਈ ਆ ਅਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਸਰ ਗੁਰਲਾਲ ਸਿੰਘ ਨੇ ਦੱਸਿਆ ਫੋਨ 'ਤੇ ਕਿ ਇੱਕ ਮੁਲਾਜ਼ਮ ਹੈ ਬੰਤ ਸਿੰਘ, ਜੋ ਮੁਤਬਰ ਤੌਰ 'ਤੇ ਕੋਈ ਲੜਾਈ ਝਗੜਾ ਨਿਪਟਾਉਣ, ਜਿੱਦਾਂ ਆਪਾਂ ਪੰਚਾਇਤੀ ਤੌਰ 'ਤੇ ਚਲੇ ਜਾਂਦੇ ਹਾਂ, ਉਹ ਇਹਨਾਂ ਦਾ ਰੌਲਾ ਸੀ ਜਗਰਾਜ ਸਿੰਘ ਨਾਲ, ਭਰਾਵਾਂ ਭਰਾਵਾਂ ਦਾ ਪੰਚਾਇਤੀ ਤੌਰ 'ਤੇ ਉਹਨਾਂ ਨੂੰ ਸੁਣਾਉਣ ਲਈ ਕਿਤੇ ਗਏ ਹੋਣਗੇ ਸੁਣਾਉਣ ਲਈ, ਪਰ ਉਹਨਾਂ ਨੇ ਜਗਰਾਜ ਸਿੰਘ ਨੇ ਇਹਨਾਂ 'ਤੇ ਹਮਲਾ ਕੀਤਾ, ਔਰ ਜੋ ਉਹਨਾਂ ਦੀ ਦਾੜੀ ਸੀ ਉਹ ਪੱਟ ਕੇ, ਤੁਸੀਂ ਦੇਖਿਆ ਦਾੜੀ ਅਲੱਗ ਹੋਈ ਪਈ ਹੈ। ਮੈਂ ਪ੍ਰਸ਼ਾਸਨ ਨਾਲ ਵੀ, ਚੌਂਕੀ ਰੁੱਖਾਂ ਨਾਲ ਵੀ ਗੱਲ ਕੀਤੀ ਹੈ ਕਿ ਤੁਹਾਡਾ ਮੁਲਾਜ਼ਮ ਹੈ, ਧਾਰਮਿਕ ਜਿਹੜੀਆਂ ਭਾਵਨਾਵਾਂ 'ਚ ਇਹਨਾਂ ਨੇ ਠੇਸ ਪਾਈ ਹੈ, ਉਹਨਾਂ ਦਾ ਅਪਮਾਨ ਕੀਤਾ, ਅਤੇ ਉਹਨਾਂ 'ਤੇ ਜਿਹੜੀਆਂ ਵੀ ਧਾਰਮਿਕ ਭਾਵਨਾ ਭੁਕਾਉਣ ਦਾ ਲੱਗਦਾ ਹੈ, ਧਾਰਾ ਲੱਗਦੀਆਂ ਨੇ, ਉਹਦੇ ਤਹਿਤ ਇਹਨਾਂ ਦਾ ਪਰਚਾ ਦੇ ਦਿੰਦੇ ਹੈ। ਕੀ ਨਾਮ ਹੈ ਸਰ? ਗੁਰਮੀਤ ਸਿੰਘ। ਸਰ, ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਬਟੁੱਕਾਂ ਦਾ, ਅਤੇ ਕੀ ਮਾਮਲਾ ਸਰ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਬੰਤ ਸਿੰਘ ਆਪਣਾ ਸੁਣਾ, ਗੁਰਦੇਵ ਸਿੰਘ ਉਹਨਾਂ ਸੁਣਦੀ ਹੈ ਵੀ ਲੜਾਈ ਝਗੜੇ ਬਣਾਇਆ ਸੀ ਮੌਕੇ 'ਤੇ, ਇਸ ਸੰਬੰਧੀ ਬਿਆਨ ਦੇ ਖੜ੍ਹ ਜੇ ਖੜ੍ਹ